ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਆਹ ਜੋ ਤੁਸੀਂ ਦੇਖ ਰਹੇ ਜੇ, ਇਹ ਸਰਕਾਰੀ ਹੋਸਪਿਟਲ ਦੇ ਵਿੱਚ ਜਿਹੜੀਆਂ ਸਟਾਫ ਨਰਸਾਂ ਵਾ ਉਹ ਆਪਣਾ ਪ੍ਰਬੰਧ ਆਪ ਕਰ ਰਹੀਆਂ ਵਾਂ, ਪੋਜ਼ਿਟਿਵ ਕਰੋਨਾ ਮਰੀਜ਼ਾਂ ਦੀ ਦੇਖਭਾਲ ਕਰਦੀਆਂ, ਅਤੇ ਸਰਕਾਰਾਂ ਉਹਨਾਂ ਨੂੰ ਕੋਈ ਵੀ ਸਹੂਲਤਾਂ ਉਸ ਤੋਂ ਬਚਾਅ ਵਾਸਤੇ ਕੋਈ ਮਾਸਕ, ਕੋਈ ਕੈਪ, ਕੁਛ ਨਹੀਂ ਪ੍ਰੋਵਾਈਡ ਕਰ ਰਹੀਆਂ। ਜੇ ਮਾਸਕ ਉਹਨਾਂ ਨੂੰ ਮਿਲਦਾ ਵੀ ਆ ਤਾਂ ਬਹੁਤ ਹਲਕਾ, ਜੋ ਕਿ ਉਸ ਵਾਇਰਸ ਤੋਂ ਬਚਾਅ ਨਹੀਂ ਕਰ ਸਕਦਾ। ਇਸ ਵਾਸਤੇ ਉਹ ਖੁਦ ਘਰਾਂ ਦੇ ਵਿੱਚੋਂ ਤਿਆਰ ਕਰਕੇ ਆਪਣਾ ਬਚਾਅ ਆਪ ਕਰ ਰਹੀਆਂ ਵਾਂ। ਸੋ ਲੋਕਾਂ ਨੂੰ ਬੇਨਤੀ ਆ ਕਿ ਪੰਜਾਬ ਵਾਲਿਓ, ਬਾਜੋ, ਰੱਬ ਨਾ ਕਰੇ ਜੇ ਕਿਤੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਇਟਲੀ ਚੀਨ ਵਰਗੇ ਬਣ ਗਏ ਅਤੇ ਤੁਹਾਡੀ ਸਰਕਾਰਾਂ ਨੇ ਕੋਈ ਪੁੱਛ ਪੜਤਾਲ ਨਹੀਂ ਕਰਨੀ, ਤੁਸੀਂ ਘਰਾਂ ਦੇ ਵਿੱਚ ਪੈ ਮਰ ਜਾਣਾ। ਜੇ ਸਰਕਾਰਾਂ ਮੈਡੀਕਲ ਸਟਾਫ ਵਾਲਿਆਂ ਨੂੰ ਨਹੀਂ ਸਹੂਲਤਾਂ ਦੇ ਪਾ ਰਹੀਆਂ ਤਾਂ ਤੁਹਾਨੂੰ ਇਹਨਾਂ ਨੇ ਕੀ ਸਹੂਲਤ ਦੇਣੀ ਆ? ਤੁਹਾਨੂੰ ਕੁਛ ਨਹੀਂ ਜੇ ਮਿਲਣਾ। ਵੇਖੋ, ਸਟਾਫ ਦੇ ਇਹਨਾਂ ਦੇ ਛੋਟੇ ਛੋਟੇ ਬੱਚੇ ਘਰਾਂ ਦੇ ਵਿੱਚ ਆਪਣੀ ਜਾਨ ਹਥੇਲੀ 'ਤੇ ਧਰ ਕੇ ਲੋਕਾਂ ਦੀ ਸੇਵਾ ਕਰ ਰਹੀਆਂ ਵਾਂ, ਪਰ ਇਹਨਾਂ ਸਰਕਾਰਾਂ ਨੂੰ, ਨਾਕਾਮ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਕਿ ਇਹਨਾਂ ਨੂੰ ਪੂਰੀਆਂ ਸੁੱਖ ਸਹੂਲਤਾਂ, ਸੁਵਿਧਾ ਦਿੱਤੀਆਂ ਜਾਣ ਕਿ ਇਸ ਭਿਆਨਕ ਵਾਇਰਸ ਤੋਂ ਬਚਿਆ ਜਾਵੇ। ਆਹ ਦੇਖੋ, ਸਿਰ 'ਤੇ ਪਾਉਣ ਵਾਲੀ ਕੈਪ ਵੀ ਘਰਾਂ ਤੋਂ ਤਿਆਰ ਕਰਕੇ ਲਿਜਾ ਰਹੀਆਂ ਵਾਂ। ਜਿਵੇਂ ਕਿ ਤੁਸੀਂ ਦੇਖਿਆ ਹੀ ਆ ਕਿ ਅੱਜ ਪਟਿਆਲੇ ਤੋਂ ਕੁਝ ਸਟਾਫ ਨਰਸਾਂ ਰੋਡ 'ਤੇ ਬਾਹਰ ਆਈਆਂ ਵਾਂ, ਉਹਨਾਂ ਨੇ ਵੀ ਇਹੋ ਰੌਲਾ ਪਾਇਆ ਕਿ ਸਾਨੂੰ ਕੋਈ ਵੀ ਪ੍ਰੋਪਰ ਡਰੈਸ ਨਹੀਂ ਦਿੱਤੀ ਜਾਂਦੀ ਇਸ ਵਾਇਰਸ ਤੋਂ ਬਚਣ ਵਾਸਤੇ, ਅਤੇ ਇਹਨਾਂ ਨਾਕਾਮ ਸਰਕਾਰਾਂ ਦਾ ਉਹਨਾਂ ਨੇ ਸੜਕ 'ਤੇ ਆ ਕੇ ਭਾਂਡਾ ਭੰਨਿਆ ਵਾਂ। ਸੋ ਵੀਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਤੁਹਾਡਾ ਬਚਾਅ ਤੁਹਾਡੇ ਹੱਥ ਵਿੱਚ ਹੀ ਆ। ਘਰਾਂ ਤੋਂ ਬਾਹਰ ਨਾ ਨਿਕਲੋ, ਘਰਾਂ ਤੋਂ ਬਾਹਰ ਨਾ ਨਿਕਲੋ, ਆਪਣਾ ਬਚਾਅ ਕਰੋ। ਤੁਹਾਨੂੰ ਸਰਕਾਰਾਂ ਨੇ ਕੁਝ ਨਹੀਂ ਜੇ ਪੁੱਛਣਾ, ਨਾ ਇਹਨਾਂ ਕੋਲੋਂ ਵੈਂਟੀਲੇਟਰਾਂ ਦੀ ਸਹੂਲਤ ਆ, ਨਾ ਕੋਈ ਮੈਡੀਸਿਨ ਦੀ ਸਹੂਲਤ। ਜੇ ਸਿਰਫ ਆਪਣਾ ਬਚਾਅ ਕਰੋ, ਇੱਕ ਦੂਜੇ ਨਾਲ ਮਿਲਣ ਗਿਲਣ ਤੋਂ ਝਿਜਕੋ, ਬਾਹਰ ਨਾ ਜਾਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।